ਸਤਿਕਾਰਯੋਗ ਪੱਤਰਕਾਰ ਸਾਹਿਬਾਨ, ਅਸੀਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਆ ਉਹ ਪੰਜਾਬੀ ਯੂਨੀਵਰਸਿਟੀ ਵੱਲੋਂ ਅਤੇ ਨਾਦ ਮਿਊਜ਼ਿਕ ਵੱਲੋਂ ਇਹ ਕਰ ਰਹੇ ਹਾਂ ਅਤੇ ਇਹਦਾ ਜਿਹੜਾ ਬੁਨਿਆਦੀ ਮਕਸਦ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਅਕਤੂਬਰ ਦੇ ਵਿੱਚ ਇੱਕ ਕਾਨਫਰੰਸ ਕਰਨੀ ਹੈ ਕੌਮਾਂਤਰੀ ਪੱਧਰ ਦੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ। ਉਹਦੇ 'ਚ ਅਸੀਂ ਕੀ ਕਰਨਾ ਚਾਹ ਰਹੇ ਹਾਂ ਅਤੇ ਕਿਵੇਂ ਹੋਣ ਵਾਲਾ ਉਹ ਦੱਸਣਾ ਚਾਹੁੰਦੇ ਹਾਂ। ਇਹ ਜਿਹੜੀ ਕਾਨਫਰੰਸ ਉੱਥੇ ਹੋਣੀ ਹੈ ਉਹ ਕੀਰਤਨ ਬਾਰੇ ਆ ਅਤੇ ਕੀਰਤਨ ਦੇ ਵੱਖ ਵੱਖ ਪੱਖਾਂ ਬਾਰੇ ਆ ਅਤੇ ਕੀਰਤਨ ਇੱਕ ਉੱਦਾਂ ਦਾ ਵਿਸ਼ਾ ਹੈ ਜਿਹੜਾ ਸਮਾਜ ਦੇ ਵੱਡੇ ਘੇਰੇ ਦੀ ਦਿਲਚਸਪੀ ਦਾ ਸਬੱਬ ਬਣਦਾ ਹੈ। ਇੱਕ ਪਾਸੇ ਯੂਨੀਵਰਸਿਟੀ ਵਰਗੇ ਅਦਾਰੇ ਦੇ ਵਿੱਚ ਉਹਦੇ 'ਤੇ ਅਕਾਦਮਿਕ ਬਹਿਸ ਹੁੰਦੀ ਹੈ, ਉਹਦੇ 'ਤੇ ਬੌਧਿਕ ਬਹਿਸ ਹੁੰਦੀ ਹੈ ਅਤੇ ਉੱਥੇ ਅਭਿਆਸੀ ਆਉਂਦੇ ਨੇ, ਉੱਥੇ ਵਿਦਵਾਨ ਆਉਂਦੇ ਨੇ। ਦੂਜੇ ਪਾਸੇ ਅਭਿਆਸੀਆਂ ਰਾਹੀਂ ਪੂਰਾ ਸਮਾਜ ਜਿਹੜਾ ਹੈਗਾ ਉਹ ਕੀਰਤਨ ਦਾ ਆਨੰਦ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਾਣਦਾ। ਸੋ ਅਸੀਂ ਤੁਹਾਡੇ ਰਾਹੀਂ ਇਹ ਤਮਾਮ ਸਮਾਜ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਇਸ ਕਿਸਮ ਦਾ ਜਿਹੜਾ ਸਮਾਗਮ ਹੈ ਉਹ ਪੰਜਾਬੀ ਯੂਨੀਵਰਸਿਟੀ 'ਚ ਕਰ ਰਹੇ ਹਾਂ। ਉਹਦੇ ਵਿੱਚ ਤੁਸੀਂ ਸ਼ਾਮਿਲ ਹੋ ਸਕਦੇ ਹੋ, ਤੁਸੀਂ ਚਾਹੇ ਔਨਲਾਈਨ ਸ਼ਾਮਿਲ ਹੋਣਾ ਚਾਹੋ ਤਾਂ ਉੱਥੇ ਹੋ ਸਕਦੇ ਹੋ, ਜੇ ਤੁਸੀਂ ਉੱਥੇ ਆ ਕੇ ਉਹਦੇ 'ਚ ਸ਼ਾਮਿਲ ਹੋਣਾ ਚਾਹੋ ਤਾਂ ਤੁਸੀਂ ਉੱਥੇ ਹੋ ਸਕਦੇ ਹਾਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਜਿਹੜੀ ਇਹ ਕਾਨਫਰੰਸ ਹੈ ਉਹ ਭਾਈ ਵੀਰ ਸਿੰਘ ਚੇਅਰ ਵੱਲੋਂ ਕੀਤੀ ਜਾਣੀ ਹੈ ਅਤੇ ਉਹਨਾਂ ਦੇ ਨਾਲ ਜਿਹੜਾ ਜੁੜਿਆ ਹੋਇਆ ਅਦਾਰਾ ਹੈ ਉਹ ਅਮਰੀਕਾ ਅਤੇ ਹਿੰਦੁਸਤਾਨ ਦੋਨਾਂ ਪਾਸੇ ਕੰਮ ਕਰਦਾ ਹੈ, ਉਹ ਹੈਗਾ ਨਾਦ ਮਿਊਜ਼ਿਕ ਇੰਸਟੀਟਿਊਟ। ਮੇਰੇ ਨਾਲ ਨੇ ਸੱਜੇ ਪਾਸੇ ਡਾਕਟਰ ਜਸਵਿੰਦਰ ਸਿੰਘ ਨੇ, ਇਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਰਿਲੀਜੀਅਸ ਸਟੱਡੀ ਡਿਪਾਰਟਮੈਂਟ ਦੇ ਵਿੱਚ ਪੜ੍ਹਾਉਂਦੇ ਨੇ ਅਤੇ ਨਾਲ ਇਹ ਜਿਹੜੀ ਉੱਥੇ ਭਾਈ ਵੀਰ ਸਿੰਘ ਚੇਅਰ ਹੈ ਉਹਦੇ ਜਿਹੜੇ ਹੈਗੇ ਆ ਕੋਆਰਡੀਨੇਟਰ ਨੇ, ਇੰਚਾਰਜ ਨੇ ਉਹਦੇ ਅਤੇ ਇਹ ਪੰਜਾਬੀ ਯੂਨੀਵਰਸਿਟੀ ਵੱਲੋਂ ਇਹ ਉਸ ਕਾਨਫਰੰਸ ਦੇ ਵੀ ਇੰਚਾਰਜ ਨੇ। ਮੇਰੇ ਨਾਲ ਡਾਕਟਰ ਮਨਜੀਤ ਸਿੰਘ ਨੇ, ਡਾਕਟਰ ਮਨਜੀਤ ਸਿੰਘ ਜਿਹੜੇ ਹੈਗੇ ਆ ਇਹ ਨਾਦ ਮਿਊਜ਼ਿਕ ਇੰਸਟੀਟਿਊਟ ਜਿਹੜੇ ਹੈਗੇ ਆ ਇਹਦੇ ਬਾਨੀ ਨੇ ਅਤੇ ਇਹਦੇ ਇਹ ਡਾਇਰੈਕਟਰ ਨੇ ਅਤੇ ਇਹਨਾਂ ਦਾ ਜਿਹੜਾ ਕੰਮ ਹੈ ਉਹ ਦੋਨੇ ਪਾਸੇ ਹੈਗਾ, ਇਹ ਕੀਰਤਨ ਦੇ ਅਭਿਆਸੀ ਵੀ ਨੇ ਅਤੇ ਨਾਲ ਇਹ ਕੀਰਤਨ ਨੂੰ ਬਤੌਰ ਵਿਦਵਾਨ ਸਮਝਣ ਸਮਝਾਉਣ ਦੀ ਜਿਹੜੀ ਪ੍ਰਕਿਰਿਆ ਉਹਦੇ ਵਿੱਚ ਵੀ ਸ਼ਾਮਿਲ ਨੇ ਅਤੇ ਇਹਨਾਂ ਦੀ ਜਿਹੜੀ ਆਪਣੀ ਪੇਸ਼ੇਵਰ ਸਿਖਲਾਈ ਹੈ ਉਹ ਐਰੋਨੋਟਿਕਸ ਦੇ ਵਿੱਚ ਹੈ ਅਤੇ ਐਰੋਨੋਟਿਕਸ ਇੰਜੀਨੀਅਰ ਨੇ। ਇਹਨਾਂ ਨੇ PhD ਵੀ ਆਪਣੀ ਉੱਧਰ ਕੀਤੀ ਹੋਈ ਹੈ, ਦੂਜੀ PhD ਇਹ ਜਿਹੜੀ ਕੀਰਤਨ ਬਾਰੇ ਕਰਨੀ ਚਾਹੁੰਦੇ ਨੇ ਅਤੇ ਇਸ ਜਿਹੜਾ ਸਮਾਗਮ ਬਾਰੇ ਅਤੇ ਇਹਨਾਂ ਦੇ ਨਾਲ ਜੁੜੇ ਹੋਏ ਅਦਾਰਿਆਂ ਬਾਰੇ ਜਿਹੜੀ ਹੁਣ ਗੱਲ ਕਰਨਗੇ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਕਿ ਡਾਕਟਰ ਜਸਵਿੰਦਰ ਸਿੰਘ ਆਪਣੀ ਗੱਲ ਕਰਨਗੇ। ਸਤਿ ਸ਼੍ਰੀ ਅਕਾਲ ਜੀ, ਅਸੀਂ ਭਾਈ ਵੀਰ ਸਿੰਘ ਚੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਨਾਦ ਮਿਊਜ਼ਿਕ ਇੰਸਟੀਚਿਊਟ ਦੇ ਸਹਿਯੋਗ ਦੇ ਨਾਲ ਇਹ 3 ਦਿਨਾਂ ਦੀ ਅੰਤਰਰਾਸ਼ਟਰੀ ਕਾਨਫਰੰਸ ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ ਅਸੀਂ ਸਾਡਾ ਮੁੱਖ ਉਦੇਸ਼ ਹੈ ਕਿ ਜਿਹੜੇ ਇਸ ਖੇਤਰ ਦੇ ਵਿੱਚ ਯੰਗ ਸਕਾਲਰ ਹੈ ਕਿ ਅਸੀਂ ਉਹਨਾਂ ਨੂੰ ਇੱਥੇ ਇਕੱਤਰ ਕਰ ਸਕੀਏ ਅਤੇ ਇਸ ਡਿਸਿਪਲਨ ਦੇ ਵਿੱਚ ਉਹ ਅੱਗੇ ਕਿਸ ਤਰ੍ਹਾਂ ਆਪਣੀ ਖੋਜ ਨੂੰ ਅੱਗੇ ਲੈ ਕੇ ਜਾ ਸਕਦੇ ਆ, ਉਹਦੇ ਪ੍ਰਤੀ ਅਸੀਂ ਇਹ ਪਲੇਟਫਾਰਮ ਮੁਹੱਈਆ ਕਰ ਰਹੇ ਹਾਂ। ਮੂਲ ਰੂਪ ਦੇ ਵਿੱਚ ਇਸ ਕਾਨਫਰੰਸ ਜਿਹੜੀ ਕਿ ਅਸੀਂ 22 ਤੋਂ 24 ਅਕਤੂਬਰ 3 ਦਿਨਾਂ ਦੀ ਇਹ ਕਾਨਫਰੰਸ ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ ਵੱਖ ਵੱਖ ਸਥਾਨਾਂ ਤੋਂ ਵੱਖ ਵੱਖ ਦੇਸ਼ਾਂ ਤੋਂ ਲੋਕ ਜਿਹੜੇ ਆ ਉਹ ਸ਼ਾਮਿਲ ਹੋ ਰਹੇ ਆ ਅਤੇ ਇਸ ਕਾਨਫਰੰਸ ਦੇ ਵਿੱਚ ਵਿਦਿਆਰਥੀ, ਖੁਜਾਰਥੀ ਅਤੇ ਗੁਰਮਤਿ ਸੰਗੀਤ, ਗੁਰਬਾਣੀ ਕੀਰਤਨ ਦੀਆਂ ਜਿਹੜੀਆਂ ਵੱਖ ਵੱਖ ਪਰੰਪਰਾਵਾਂ ਤੋਂ ਜੁੜੇ ਹੋਏ ਜਿਹੜੇ ਸਕਾਲਰ ਹੈ ਉਹ ਇਕੱਠੇ ਹੋ ਰਹੇ ਹਨ ਅਤੇ ਅਸੀਂ ਇਹ ਜਿਹੜੀ ਕਾਨਫਰੰਸ ਹੈ ਨਾਦ ਮਿਊਜ਼ਿਕ ਦੇ ਨਾਲ ਇਹ ਪਹਿਲੀ ਅੰਤਰਰਾਸ਼ਟਰੀ ਕਾਨਫਰੰਸ ਹੈ ਜਿਹੜੀ ਇਹ ਅਸੀਂ ਭਾਈ ਵੀਰ ਸਿੰਘ ਚੇਅਰ ਦੇ ਉੱਤੇ ਕਰਨ ਜਾ ਰਹੇ ਹਾਂ। ਧੰਨਵਾਦ।
ਸੋ ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਮਨਜੀਤ ਸਿੰਘ ਨੂੰ ਕਿ ਉਹ ਆਪਣੇ ਅਦਾਰੇ ਬਾਰੇ ਅਤੇ ਨਾਲ ਇਸ ਕਾਨਫਰੰਸ ਦੀ ਜਿਹੜੀ ਅਹਿਮੀਅਤ ਬਾਰੇ ਗੱਲ ਕਰਨ। ਧੰਨਵਾਦ ਦਲਜੀਤ ਜੀ। ਮੇਰਾ ਨਾਮ ਮਨਜੀਤ ਸਿੰਘ ਹੈ, ਮੈਂ ਨਾਦ ਮਿਊਜ਼ਿਕ ਇੰਸਟੀਟਿਊਟ USA ਤੋਂ ਹੈਗਾ। ਸੋ ਅਸੀਂ ਰਲ ਕੇ ਭਾਈ ਵੀਰ ਸਿੰਘ ਚੇਅਰ ਪੰਜਾਬੀ ਯੂਨੀਵਰਸਿਟੀ ਦੇ ਨਾਲ ਇੰਟਰਨੈਸ਼ਨਲ ਕੀਰਤਨ ਕਾਨਫਰੰਸ ਕਰਾਉਣ ਜਾ ਰਹੇ ਹਾਂ, ਜਿਹੜੀ 22 ਤੋਂ 24 ਅਕਤੂਬਰ ਵਿਖੇ ਹੋਵੇਗੀ। ਇਹ ਕਾਨਫਰੰਸ ਹਾਈਬ੍ਰਿਡ ਹੋਏਗੀ, ਜਿਸ ਦਾ ਮਤਲਬ ਹੈ ਕਿ ਔਨਲਾਈਨ ਵੀ ਕੋਈ ਵੀ ਜਾਣਾ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠਾ ਨੂੰ ਜੁਆਇਨ ਕਰ ਸਕਦਾ, ਅਤੇ ਐਜ਼ ਵੈਲ ਐਜ਼ ਇਨ ਪਰਸਨ 'ਤੇ ਹੋਏਗੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ। ਇਸ ਦੇ ਵਿੱਚ ਵੱਖ ਵੱਖ ਕੰਟਰੀਜ਼ ਦੇ ਜਿਹੜੇ ਸਕੋਲਰਸ ਨੇ ਉਹ ਪਾਰਟੀਸਪੇਟ ਕਰ ਰਹੇ ਨੇ, ਜਿਵੇਂ ਕਿ ਉਹਨਾਂ 'ਚੋਂ ਕੁਝ ਨੇ ਜਿਹੜੇ USA ਤੋਂ ਨੇ, UK, ਆਸਟ੍ਰੇਲੀਆ, ਸਿੰਗਾਪੁਰ ਅਤੇ ਇੰਡੀਆ ਤੋਂ ਆਫਕੋਰਸ ਕਈ ਸਕੋਲਰਸ ਇਹਦੇ ਵਿੱਚ ਸਾਡੇ ਨਾਲ ਜੁੜਨਗੇ। ਜਿੱਥੇ ਅਸੀਂ ਆਪਣੀ ਕੀਰਤਨ ਦੀ ਜਿਹੜੀ ਪਰੰਪਰਾ ਹੈ ਅਤੇ ਜਿਹੜਾ ਸਾਡਾ ਵਿਰਸਾ ਹੈ ਉਹਨੂੰ ਸਾਂਭਣ ਦੀ ਅਤੇ ਸਮਝਣ ਦੀ ਕੋਸ਼ਿਸ਼ ਕਰਾਂਗੇ, ਉਹਦੇ ਨਾਲ ਹੀ ਸ਼ਾਮ ਦੇ ਸਮੇਂ ਅਸੀਂ ਉਹਨੂੰ ਕਿਸ ਤਰੀਕੇ ਨਾਲ ਉਸ ਪਰੰਪਰਾ ਨੂੰ ਸਾਂਭਿਆ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਪਹਿਲੇ ਸਾਡੇ ਗੁਰੂ ਸਾਹਿਬਾਨਾਂ ਨੇ, ਅਤੇ ਫਿਰ ਕਿਸ ਤਰੀਕੇ ਨਾਲ ਜਿਹੜੇ ਇਸ ਵੇਲੇ ਰਾਗੀ ਸਾਹਿਬਾਨ ਨੇ ਜਿਹੜੇ ਉਹਨੂੰ ਉਸੇ ਪਰੰਪਰਾ ਦੇ ਅਨੁਸਾਰ ਗਾ ਰਹੇ ਨੇ, ਉਹਦੇ ਕੀਰਤਨ ਦੀਵਾਨ ਵੀ ਹੋਣਗੇ। ਸੋ ਸ਼ਾਮ ਦੇ ਸਮੇਂ 2 ਕੀਰਤਨ ਦੀਵਾਨ ਹੋਣਗੇ, 22 ਤਰੀਕ ਨੂੰ ਅਤੇ 23 ਤਰੀਕ ਨੂੰ, ਜਿਸ ਵਿੱਚ ਸਾਡੇ ਪੰਥ ਦੇ ਖਾਸ ਰਾਗੀ ਸਾਹਿਬਾਨ ਉਹਦੇ ਵਿੱਚ ਸ਼ਮੂਲੀਅਤ ਕਰਨਗੇ, ਅਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਿਰਧਾਰਿਤ ਸੰਗੀਤਕ ਚਿੰਨ੍ਹ ਨੇ ਉਹਨਾਂ ਦੇ ਹਿਸਾਬ ਨਾਲ ਉਹ ਸਾਨੂੰ ਕੀਰਤਨ ਨਾਲ ਸਾਂਝ ਪਾਉਣਗੇ। ਸੋ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਇਸ ਕਾਨਫਰੰਸ ਦੇ ਵਿੱਚ 22 ਤੋਂ 24 ਅਕਤੂਬਰ ਤੱਕ ਆਪ ਜੀ ਡੇਟਸ ਨੋਟ ਕਰ ਲਓ, ਅਤੇ ਅਸੀਂ ਆਪ ਜੀ ਨੂੰ ਵੈਲਕਮ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ। ਸਿੰਘ ਸਾਹਿਬ, ਇੱਕ ਗੱਲ ਦਾ ਦੱਸੋ ਜ਼ਰੂਰ, ਕਿਉਂਕਿ ਗੁਰਬਾਣੀ ਨੂੰ ਲੈ ਕੇ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਸਾਰੇ ਹੀ ਆਪਣੀ ਸ਼ਰਧਾ ਦੇ ਮੁਤਾਬਕ, ਭਾਵਨਾ ਦੇ ਮੁਤਾਬਕ ਸਤਿਕਾਰ ਕਰਦੇ ਹੈ, ਪਰ ਜਦੋਂ ਜਿਹੜਾ ਸ਼ਬਦ ਲਿਖਿਆ ਗਿਆ ਸੰਗੀਤਕ ਚਿੰਨ੍ਹ, ਇਹ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਕੇ ਜਦੋਂ ਦੇਖਦੇ ਹਾਂ ਤਾਂ ਇਸ ਦੇ ਉੱਤੇ ਪਹਿਰਾ ਦੇਣ ਦੀ ਜਾਂ ਇਸ ਦੇ ਉੱਤੇ ਗੱਲ ਕਰਨ ਦੀ ਜ਼ਰੂਰਤ ਕਿਉਂ ਮਹਿਸੂਸ ਕਰ ਰਹੇ ਹੋ ਕਿ ਸੰਗੀਤਕ ਚਿੰਨ੍ਹ ਦੇ ਬਾਰੇ ਲੋਕਾਂ ਨੂੰ ਵਾਕਫੀਅਤ ਨਹੀਂ ਹੈ ਉਨੀ, ਇਸ ਕਰਕੇ ਜ਼ਰੂਰੀ ਹੈ ਇੱਕ ਕਾਨਫਰੰਸ ਕਰਨੀ ਜਾਂ ਕੋਈ ਹੋਰ ਵੀ ਮਕਸਦ ਹੈ? ਇਹਦਾ ਜਿਹੜਾ ਗੁਰਬਾਣੀ ਦਾ ਸੰਬੰਧ ਹੈਗਾ ਹੈ ਸੰਗੀਤ ਦੇ ਨਾਲ ਬੜਾ ਡੂੰਘਾ, ਅਤੇ ਸ਼ੁਰੂਆਤ ਤੋਂ ਹੀ ਹੈ ਗੁਰਬਾਣੀ ਪਹਿਲਾਂ ਗਾਈ ਗਈ ਹੈ ਫਿਰ ਲਿਖੀ ਗਈ ਹੈ। ਸੋ ਜਿਹੜਾ ਸੰਗੀਤ ਨਾਲ ਹੀ ਆਇਆ, ਬਾਅਦ 'ਚੋਂ ਕੰਪੋਜ਼ ਨਹੀਂ ਹੋਇਆ ਉਸ ਗੁਰਬਾਣੀ ਦੇ ਲਈ। ਜਿਵੇਂ ਅਸੀਂ ਸੁਣਦੇ ਹਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਸੋ ਬਾਣੀ ਗਾਈ ਗਈ ਹੈ ਪਹਿਲੇ, ਅਤੇ ਗੁਰੂ ਸਾਹਿਬਾਨ ਨੇ ਐਡੀ ਉਹਨਾਂ ਦੀ ਦੂਰ ਅੰਦੇਸ਼ੀ ਸੀ ਕਿ ਉਹਨਾਂ ਨੇ ਉਹਦਾ ਓਰੀਜਨਲ ਸਰੂਪ ਸਾਂਭ ਲਿਆ ਉਸੇ ਵੇਲੇ, ਜਿਹੜੇ ਰਾਗ 'ਚ ਉਸ ਵੇਲੇ ਬਾਣੀ ਓਰੀਜਨਲੀ ਆਈ ਉਹਨਾਂ ਨੇ ਲਿਖਤਾ, ਜਿਵੇਂ ਰਾਗ ਆਸਾ। ਅਤੇ ਇੱਕ ਤਾਂ ਰਾਗ ਸਭ ਤੋਂ ਵੱਡਾ ਸਾਨੂੰ ਪਤਾ ਚਿੰਨ੍ਹ ਹੈਗਾ ਸੰਗੀਤਕ ਚਿੰਨ੍ਹਾਂ ਦੀ ਜੇ ਗੱਲ ਕਰੀਏ। ਉਸ ਤੋਂ ਇਲਾਵਾ ਬੜੇ ਸਾਰੇ ਹੋਰ ਸੰਗੀਤਕ ਚਿੰਨ੍ਹ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਨੇ, ਜਿਹੜੇ ਟਾਈਟਲ ਦੇ ਵਿੱਚ ਹੀ ਅਪੀਅਰ ਹੁੰਦੇ ਨੇ, ਜਿਵੇਂ ਰਾਗ ਦੇ ਨਾਲ। ਉਹਨਾਂ ਵਿੱਚੋਂ ਇੱਕ ਸੰਗੀਤਕ ਚਿੰਨ੍ਹ ਹੈ ਘਰ, ਜਿਵੇਂ ਲਿਖਿਆ ਹੁੰਦਾ ਰਾਗ ਆਸਾ ਮਹਿਲਾ ਪੰਜਵਾਂ, ਪੰਜਵਾਂ ਮੀਨਸ ਮਹਿਲਾ ਪੰਜਵਾਂ ਗੁਰੂ ਅਰਜਨ ਪਾਤਸ਼ਾਹ ਦੀ ਬਾਣੀ, ਅੱਗੇ ਲਿਖਿਆ ਹੁੰਦਾ ਘਰ ਪਹਿਲਾ, ਅਤੇ ਟਾਈਟਲ 'ਚ ਆ ਰਿਹਾ ਅਤੇ ਕਈ 100 ਥਾਵਾਂ 'ਤੇ ਆ ਰਿਹਾ ਗੁਰੂ ਗ੍ਰੰਥ ਸਾਹਿਬ 'ਚ। ਅਤੇ ਅੱਜ ਦੀ ਤਰੀਕ 'ਚ ਇਹ ਘਰ ਦਾ ਅਸਲ ਮੀਨਿੰਗ ਕੀ ਹੈ ਅਸੀਂ ਸਾਰੇ ਗਵਾ ਚੁੱਕੇ ਹਾਂ। ਹੁਣ ਇਸ ਕਾਨਫਰੰਸ ਦੇ ਰਾਹੀਂ ਅਸੀਂ ਇਹੋ ਜਿਹੇ ਕੁਛ ਸੰਗੀਤਕ ਚਿੰਨ੍ਹ ਘਰ ਤੋਂ ਇਲਾਵਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦੇ ਹਾਂ, ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 ਵਾਰਾਂ ਨੇ, ਉਹਨਾਂ 22 ਵਾਰਾਂ ਦੇ ਵਿੱਚੋਂ 9 ਵਾਰਾਂ ਦੇ ਉੱਤੇ ਧੁਨੀਆਂ ਲਿਖੀਆਂ ਹੈ,
ਜਿਵੇਂ ਆਸਾ ਕੀ ਵਾਰ ਦੇ ਉੱਤੇ ਲਿਖਿਆ ਟੁੰਡੇ ਅਸਰਾਜੇ ਕੀ ਧੁਨੀ। ਅੱਜ ਕਿਸੇ ਨੂੰ ਅਸੀਂ ਪੁੱਛ ਲਈ ਜੀ ਟੁੰਡੇ ਅਸਰਾਜੇ ਕੀ ਧੁਨੀ ਕੀ ਹੈ, ਅਤੇ ਸਾਨੂੰ ਅੱਗੋਂ ਜਵਾਬ ਨਹੀਂ ਮਿਲਦਾ। ਜ਼ਰੂਰ ਆਸਾ ਕੀ ਵਾਰ ਗਾਈ ਜਾ ਰਹੀ ਹੈ, ਉਹ ਹਰ ਰਾਗੀ ਸਾਹਿਬਾਨ ਬਹੁਤ ਵਧੀਆ ਢੰਗ ਨਾਲ ਗਾ ਰਹੇ ਨੇ, ਕਿ ਕੀ ਉਹ ਟੁੰਡੇ ਸਰਾਜੇ ਕੀ ਧੁਨੀ ਵਿੱਚ ਗਾ ਰਹੇ ਨੇ ਕਿ ਕੋਈ ਹੋਰ ਧੁਨੀ ਹੈ ਜਿਹੜੀ ਅਸੀਂ ਸੁਣ ਰਹੇ ਹਾਂ। ਸੋ ਇਹਨਾਂ ਚੀਜ਼ਾਂ ਵੱਲ ਧਿਆਨ ਲਿਆਉਣ ਲਈ, ਗੁਰਬਾਣੀ ਨੂੰ ਨਾਲ ਹੋਰ ਡੂੰਘੀ ਸਾਂਝ ਪਾਉਣ ਲਈ ਅਸੀਂ ਇਹ ਕਾਨਫਰੰਸ ਉਲੀਕੀ ਹੈ। ਹਾਂਜੀ, ਸੋ ਇਹਦੇ ਦੋ ਤਿੰਨ ਹੁਣ ਸਵਾਲ ਤੁਹਾਡੇ ਇਕੱਠੇ ਆਏ, ਮੈਂ ਇੱਕ ਇੱਕ ਕਰਕੇ ਇਹਨਾਂ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਰਾਗੀ ਸਾਹਿਬਾਨ ਦੀ ਗੱਲ ਕਰ ਲੈਣਾ, ਅਤੇ ਸਕੋਲਰ ਸਾਹਿਬਾਨ ਫਿਰ ਡਾਕਟਰ ਜਸਵਿੰਦਰ ਸਿੰਘ ਜੀ ਕਵਰ ਕਰ ਲੈਣਗੇ। ਜਿਹੜੇ ਹੁਣ ਇਹ ਖੁੱਲ੍ਹਾ ਸੱਦਾ ਦਿੱਤਾ ਆਪਾਂ ਸਾਰਿਆਂ ਨੂੰ, ਇੱਕ ਤਾਂ ਓਪਨਲੀ ਇਹਨੂੰ ਆਪਾਂ ਤੁਹਾਡੇ ਚੈਨਲਸ ਦੇ ਰਾਹੀਂ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਰਾਗੀ ਸਾਹਿਬਾਨ ਅਤੇ ਜਿੰਨੇ ਵੀ ਸਕੋਲਰਸ ਨੇ ਜਾਂ ਜਿਹਨੂੰ ਵੀ ਕੀਰਤਨ ਨਾਲ ਪਿਆਰ ਹੈ, ਉਹਨੂੰ ਆਪਾਂ ਇਨਵਾਈਟ ਕਰ ਰਹੇ ਹਾਂ ਇਸ ਕਾਨਫਰੰਸ ਦੇ ਵਿੱਚ। ਖਾਸ ਤੌਰ 'ਤੇ ਦੋ ਕੀਰਤਨ ਦੀਵਾਨ ਵੀ ਲਗਾਏ ਜਾਣਗੇ ਇਸ ਕਾਨਫਰੰਸ 'ਚ, ਜਿਹਦੇ ਵਿੱਚ ਅਸੀਂ ਚੁਣੇ ਹੋਏ ਰਾਗੀ ਸਾਹਿਬਾਨ ਨੂੰ ਇਨਵਾਈਟ ਕੀਤਾ, ਜਿਵੇਂ ਭਾਈ ਕੁਲਤਾਰ ਸਿੰਘ ਜੀ ਅਤੇ ਭਾਈ ਸਵਰਨ ਸਿੰਘ ਜੀ ਦਿੱਲੀ ਤੋਂ ਆਉਣਗੇ, ਉਹ ਹਜ਼ੂਰੀ ਰਾਗੀ ਨੇ ਬੰਗਲਾ ਸਾਹਿਬ ਦਰਬਾਰ ਸਾਹਿਬ ਦੇ, ਬੰਗਲਾ ਸਾਹਿਬ ਅਤੇ ਸ਼ੀਸ਼ਗੰਜ ਸਾਹਿਬ ਦੇ, ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਭਾਈ ਗੁਰਮੀਤ ਸਿੰਘ ਸ਼ਾਂਤ ਆ ਰਹੇ ਨੇ, ਉਹ ਕੀਰਤਨ ਦੀ ਸਾਂਝ ਪਾਉਣਗੇ। ਭਾਈ ਸਤਨਿੰਦਰ ਸਿੰਘ ਬੋਦਲ ਨੇ ਬੋਦਲ ਘਰਾਣੇ ਤੋਂ, ਉਹ ਆ ਕੇ ਕੀਰਤਨ ਦੀ ਸਾਂਝ ਪਾਉਣਗੇ। ਅਤੇ ਡਾਕਟਰ ਅਲੰਕਾਰ ਸਿੰਘ ਜੀ ਜਿਹੜੇ ਗੁਰਮਤਿ ਸੰਗੀਤ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਦੇ ਹੈੱਡ ਨੇ, ਉਹ ਵੀ ਆਪਣੇ ਜੱਥੇ ਦੇ ਨਾਲ ਕੀਰਤਨ ਦੀ ਸਾਂਝ ਪਾਉਣਗੇ ਸੰਗਤਾਂ ਦੇ ਨਾਲ। ਅਤੇ ਸਕੋਲਰਸ ਬਾਰੇ ਮੈਂ ਡਾਕਟਰ ਜਸਵਿੰਦਰ ਸਿੰਘ ਜੀ ਨੂੰ ਕਹਾਂਗਾ ਕਿ ਉਹ ਥੋੜ੍ਹੀ ਹਾਂਜੀ 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 ਉਹਨਾਂ ਤੱਕ ਅਪਰੋਚ ਤੁਹਾਡੇ ਚੈਨਲਾਂ ਰਾਹੀਂ ਸਭ ਤੋਂ ਪਹਿਲੇ ਮੈਂ ਕਹਾਂਗਾ ਸਾਡਾ ਇੱਕ ਤਾਂ ਉਹ ਕੋਸ਼ਿਸ਼ ਹੈਗੀ ਹੈ, ਤਾਂ ਹੀ ਇਹ ਪ੍ਰੈਸ ਕਾਨਫਰੰਸ ਆਪਾਂ 3 ਹਫ਼ਤੇ ਪਹਿਲੇ ਕਰਾ ਰਹੇ ਹਾਂ, 2 ਦਿਨ ਪਹਿਲੇ ਜਾਂ ਹਫ਼ਤਾ ਪਹਿਲੇ ਨਹੀਂ ਕਰਾ ਰਹੇ, ਤਾਂ ਕਿ ਵੱਧ ਤੋਂ ਵੱਧ ਆ ਸੁਨੇਹਾ ਪਹੁੰਚੇ, ਲੋਕਾਂ ਤੱਕ ਪਹੁੰਚੇ, ਤੁਹਾਡੇ ਰਾਹੀਂ ਪਹੁੰਚੇ। ਫਿਰ ਖਾਸ ਤੌਰ 'ਤੇ ਪਟਿਆਲੇ 'ਚ ਕਿਉਂਕਿ ਕਾਨਫਰੰਸ ਹੋ ਰਹੀ ਹੈ, ਸਾਡਾ ਪਲੈਨ ਹੈ ਪਟਿਆਲੇ ਦੇ ਮੇਨ ਗੁਰਦੁਆਰਿਆਂ ਦੇ ਵਿੱਚ ਇਹਦੇ ਬਾਰੇ ਜਾਣਕਾਰੀ ਸ਼ੇਅਰ ਕੀਤੀ ਜਾਏਗੀ, ਉਹਨਾਂ ਦੀ ਕਮੇਟੀਆਂ ਨੂੰ ਮਿਲਿਆ ਜਾਏਗਾ, ਉੱਧਰ ਬੈਨਰ ਲਾਏ ਜਾਣਗੇ, ਯੂਨੀਵਰਸਿਟੀ ਵਿੱਚ ਖਾਸ ਤੌਰ 'ਤੇ ਬੈਨਰਸ ਲਾਏ ਜਾਣਗੇ, ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਇਨਫੋਰਮੇਸ਼ਨ ਪਹੁੰਚ ਸਕੇ। ਡਾਇਰੈਕਟਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਇਸ ਵੇਲੇ ਕੋਈ ਐਸੋਸੀਏਸ਼ਨ ਨਹੀਂ ਹੈ, ਬਟ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਗੀ ਸਾਹਿਬਾਨ ਨਾਲ ਮੇਰੀ ਪਰਸਨਲ ਗੱਲ ਹੋਈ ਹੈ, ਜਿਵੇਂ ਭਾਈ ਗੁਰਮੀਤ ਸਿੰਘ ਸ਼ਾਂਤ ਜੀ ਆ ਰਹੇ ਨੇ, ਭਾਈ ਮਨਿੰਦਰ ਸਿੰਘ ਜੀ ਨਾਲ ਮੇਰੀ ਗੱਲ ਹੋਈ ਹੈ, ਉਹਨਾਂ ਨੂੰ ਪਰਸਨਲੀ ਜਿਵੇਂ ਆਪ ਜੀ ਨੂੰ ਇਨਵਾਈਟ ਕੀਤਾ ਗਿਆ ਫੋਲਡਰ ਦੇ ਕੇ, ਇਸ ਤਰੀਕੇ ਨਾਲ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਚੁਣੇ ਹੋਏ ਰਾਗੀ ਸਾਹਿਬਾਨਾਂ ਨੂੰ।
ਮੂਲ ਰੂਪ ਦੇ ਵਿੱਚ ਇਹ ਹੈ ਕਿ ਕਾਨਫਰੰਸ ਬੇਸਿਕਲੀ ਅਕੈਡਮਿਕ ਕਾਨਫਰੰਸ ਹੈ ਜਿਹਦੇ ਵਿੱਚ ਸਾਡਾ ਯੂਨੀਵਰਸਿਟੀ ਦੇ ਵਿੱਚ ਮੁੱਖ ਮਕਸਦ ਹੁੰਦਾ ਕਿ ਕਿਸੇ ਵੀ ਸਬਜੈਕਟ ਦੀ ਜਿਹੜੀ ਅਕਾਦਮਿਕ ਪ੍ਰਾਪਤੀ ਕੀ ਹੈ ਉਹਨੂੰ ਉਹਦਾ ਵਿਸ਼ਲੇਸ਼ਣ ਕੀਤਾ ਜਾਵੇ ਅਤੇ ਉਹਦਾ ਫਿਊਚਰ ਦੇ ਵਿੱਚ ਕਿਸ ਤਰ੍ਹਾਂ ਦਾ ਪਰਸਪੈਕਟਿਵ ਬਣਨਾ ਉਹਦੇ ਵਾਸਤੇ ਤਿਆਰੀ ਕੀਤੀ ਜਾਵੇ। ਬੇਸਿਕਲੀ ਕਾਨਫਰੰਸ ਦਾ ਮੀਨਿੰਗ ਅਸੀਂ ਅਕੈਡਮਿਕ ਕਾਨਫਰੰਸ ਦਾ ਮੀਨਿੰਗ ਇਹ ਸਮਝਿਆ, ਪਰ ਅਸੀਂ ਨਾਲ ਇਹਨੂੰ ਥੋੜ੍ਹਾ ਜਿਹਾ ਰਿਲੇਟ ਇਹ ਕੀਤਾ ਕਿ ਵੀ ਜਿਹੜੀ ਕਿਉਂਕਿ ਇਹ ਗੁਰਬਾਣੀ ਕੀਰਤਨ ਦੇ ਉੱਤੇ ਕਾਨਫਰੰਸ ਹੈ ਜਿਹਦੇ ਵਿੱਚ ਕੀਰਤਨ ਨੂੰ ਪ੍ਰਾਇਮਰੀ ਤੌਰ ਦੇ ਉੱਤੇ ਸਮਝਣ ਸਮਝਾਉਣ ਵਾਲੇ ਜਿਹੜੇ ਸਕਾਲਰ ਹੈ ਖਾਸ ਕਰਕੇ ਯੂਨੀਵਰਸਿਟੀਜ਼ ਦੇ ਵਿੱਚ ਜਾਂ ਕਾਲਜ ਦੇ ਵਿੱਚ ਜਿਨ੍ਹਾਂ ਦਾ ਇਹ ਖੇਤਰ ਹੈ ਜਿਹਦੇ 'ਚ ਉਹ ਕਾਰਜ ਕਰਦੇ ਪਏ ਆ, ਜਿਵੇਂ ਖਾਸ ਕਰਕੇ ਅਸੀਂ ਹੋਫਸਟਰਾ ਯੂਨੀਵਰਸਿਟੀ ਦੇ ਪ੍ਰੋਫੈਸਰ ਹੈ ਫ੍ਰਾਂਚੈਸਕਾ ਕੈਸੀਓ, ਜਿਹੜੀ ਕਿ ਉਹ ਇੱਕ ਸਾਡੇ ਕੀ ਨੋਟ ਸਾਡੇ ਨਾਲ ਸਾਂਝਾ ਕਰਨਗੇ। ਇਸ ਤਰ੍ਹਾਂ ਵੱਖ ਵੱਖ ਵਰਲਡ ਦੀਆਂ ਜਿਹੜੀਆਂ ਮਤਲਬ ਅਮੈਰੀਕਾ, UK, ਆਸਟ੍ਰੇਲੀਆ, ਸਿੰਗਾਪੁਰ ਅਤੇ ਇੰਡੀਆ ਦੀਆਂ ਯੂਨੀਵਰਸਿਟੀ ਦੇ ਵਿੱਚੋਂ ਸਕਾਲਰ ਜਿਹੜੇ ਆ ਰਹੇ ਆ ਉਹ ਆਪਣੇ ਇਹਦੇ 'ਚ ਆਪਣੇ ਕੀ ਨੋਟਸ ਦੇਣਗੇ, ਆਪਣੇ ਪੇਪਰ ਪੜ੍ਹਨਗੇ ਅਤੇ ਜਿਹੜੀ ਇਹ ਅਕੈਡਮਿਕ ਐਕਸਰਸਾਈਜ਼ ਅਸੀਂ ਕਰਾਂਗੇ। ਪਰ ਇਹਦੇ ਨਾਲ ਹੀ ਅਸੀਂ ਇਹਦਾ ਕਿਉਂਕਿ ਗੁਰਬਾਣੀ ਕੀਰਤਨ ਦੇ ਉੱਤੇ ਕਾਨਫਰੰਸ ਹੈ ਇਸ ਕਰਕੇ ਅਸੀਂ ਉਹਦੇ ਜਿਹੜੇ ਅਭਿਆਸੀ ਨੇ ਜਿਹੜੇ ਕੀਰਤਨ ਦੀ ਪਰੰਪਰਾ ਦੇ ਵਿੱਚ ਜਿਹੜੀ ਸਾਡੀ 500 ਸਾਲ ਤੋਂ ਪਰੰਪਰਾ ਕੀਰਤਨ ਦੀ ਜਿਹੜੀ ਤੁਰੀ ਆ ਰਹੀ ਹੈ ਉਸ ਅਭਿਆਸ ਕਰਨ ਵਾਲਿਆਂ ਨੂੰ ਵੀ ਰੀਪ੍ਰਜੈਂਟੇਟਿਵ ਦੇ ਤੌਰ ਦੇ ਉੱਤੇ ਅਸੀਂ ਸ਼ਾਮ ਦੇ ਦੀਵਾਨ ਕਰ ਰਹੇ ਹਾਂ ਤਾਂ ਕਿ ਸਿਧਾਂਤ ਦੇ ਨਾਲ ਨਾਲ ਅਸੀਂ ਜਿਹੜਾ ਵਿਹਾਰ ਦੇ ਵਿੱਚ ਸਾਡੀ ਕੀਰਤਨ ਦੀ ਪਰੰਪਰਾ ਉਹਨੂੰ ਅਸੀਂ ਸਾਡੇ ਵਿਦਿਆਰਥੀਆਂ ਦੇ ਸਾਹਮਣੇ ਰੱਖ ਸਕੀਏ ਕਿ ਤਾਂ ਕਿ ਉਹਨਾਂ ਦੀ ਜਿਹੜੀ ਖੋਜ ਹੈ ਹੋਰ ਅਗਰਸਰ ਹੋ ਸਕੇ ਖੋਜ ਦੇ ਨਾਲ। ਹਾਂ ਵੀ ਉਹਨਾਂ ਨੂੰ ਇਸ ਗੱਲ ਦਾ ਅਭਿਆਸ ਵੀ ਪਤਾ ਹੋਵੇ ਕਿ ਵੀ ਜਿਹੜੀ ਇਹ ਪਰੰਪਰਾ ਹੈ ਉਹਦਾ ਅਭਿਆਸ ਦੇ ਵਿੱਚ ਕੀ ਰੂਪ ਹੈ ਅਤੇ ਉਹਦਾ ਗਿਆਨ ਕਿਸ ਤਰ੍ਹਾਂ ਸਿਰਜਿਆ ਜਾ ਸਕਦਾ, ਅਸੀਂ ਇਸ ਕਰਕੇ ਇਹਨੂੰ ਇਕੱਠੇ ਤੌਰ ਦੇ ਉੱਤੇ ਪ੍ਰੈਜੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਗੱਲ ਤਾਂ ਹੋਰ ਜਵਾਬ ਵੀ ਚਾਹੀਦਾ ਜੀ ਕਿ ਬਹੁਤ ਚੰਗਾ ਭਰਾਲਾ, ਬਹੁਤ ਵਧੀਆ, ਪਹਿਲਾਂ ਵੀ ਹੋਣਾ ਚਾਹੀਦਾ ਸੀ ਚਾਹੇ ਜਦੋਂ ਵੀ ਹੋ ਰਿਹਾ। ਇਹਦੇ ਲਈ ਆਰਥਿਕ ਤੌਰ ਦੇ ਉੱਤੇ ਸਹਿਯੋਗ ਕੀ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਸ਼ੇਸ਼ ਫੰਡਿੰਗ ਨਾਲ ਹੋ ਰਿਹਾ ਜਾਂ ਫਿਰ ਤੁਸੀਂ ਆਪਣੇ ਪੱਧਰ ਦੇ ਉੱਤੇ ਕਰ ਰਿਹਾ? ਜਿਹੜੀ ਇਹ ਕਾਨਫਰੰਸ ਹੈ ਬੇਸਿਕਲੀ ਕਲੈਬੋਰੇਸ਼ਨ ਦੇ ਵਿੱਚ ਕਾਨਫਰੰਸ ਹੈ ਅਤੇ ਜਿਹਦੇ ਕੋਈ ਫੰਡਿੰਗ ਜਿਹੜੀ ਹੈ ਉਹ ਅਸੀਂ ਕਲੈਬੋਰੇਟ ਹੈ ਪੰਜਾਬੀ ਯੂਨੀਵਰਸਿਟੀ ਦਾ ਆਪਣਾ ਸਰਮਾਇਆ ਜਿਹਦੇ ਪਲੇਟਫਾਰਮ ਦੇ ਉੱਤੇ ਕੀਤੀ ਜਾ ਰਹੀ ਹੈ ਅਤੇ ਬਾਕੀ ਜਿਹੜੇ ਇਹਦੀਆਂ ਕਈ ਜਿਹੜੇ ਲੋਜਿਸਟਿਕਸ ਹੈ ਉਹ ਨਾਦ ਮਿਊਜ਼ਿਕ ਇੰਸਟੀਟਿਊਟ ਨਾਲ ਰਲ ਕੇ ਕੀਤੇ ਜਾ ਰਹੇ ਆ। ਬੇਸਿਕਲੀ ਇਹ ਦੋਵੇਂ ਸੰਸਥਾਵਾਂ ਦੇ ਸਾਂਝੇ ਰੂਪ ਦੇ ਵਿੱਚ ਕੀਤਾ ਜਾ ਰਿਹਾ, ਤੀਸਰੀ ਅਸੀਂ ਕੋਈ ਕਿਸੇ ਨਾਲ ਕਲੈਬੋਰੇਸ਼ਨ ਇਸ ਤਰ੍ਹਾਂ ਦੀ ਨਹੀਂ ਹੈ। ਇਹ ਦੋ ਸੰਸਥਾਵਾਂ ਆਪਸ ਦੇ ਵਿੱਚ ਰਲ ਕੇ ਹੀ ਜਿਹੜੇ ਕਿ ਯੂਨੀਵਰਸਿਟੀ ਨਿਯਮਾਂ ਮੁਤਾਬਕ ਯੂਨੀਵਰਸਿਟੀ ਦੀ ਆਪਣੀ ਕਾਰਜਸ਼ੈਲੀ ਹੈ ਜਿਹਦੇ ਮੁਤਾਬਕ ਅਸੀਂ ਕਲੈਬੋਰੇਟ ਕਰਦੇ ਹਾਂ ਉਸੇ ਕਲੈਬੋਰੇਸ਼ਨ ਦੇ ਤਹਿਤ ਹੀ ਇਹ ਜਿਹੜੀ ਕਾਨਫਰੰਸ ਕੀਤੀ ਜਾ ਰਹੀ ਹੈ। ਇਹਦੇ ਵਿੱਚ ਮੈਂ ਐਡ ਕਰਨਾ ਚਾਹਾਂਗਾ ਕਿ ਜਿਹੜੀ ਇਹਦੇ ਵਿੱਚ ਸਪੋਰਟ ਹੈ ਉਹ ਵਰਲਡ ਵਾਈਡ ਸੰਗਤ ਕਰ ਰਹੀ ਹੈ, ਸਾਨੂੰ ਸੰਗਤ ਤੋਂ ਆਪਾਂ ਅਪੀਲ ਕਰ ਰਹੇ ਹਾਂ ਕਿ ਵੀ ਇਹ ਕਾਨਫਰੰਸ ਹੋ ਰਹੀ ਹੈ, ਇਹਦੇ ਵਿੱਚ ਇਸ ਤਰੀਕੇ ਦੇ ਸਾਡੇ ਕਈ ਤਰ੍ਹਾਂ ਦੀਆਂ ਸੇਵਾਵਾਂ ਨੇ ਜਿਹਦੇ ਵਿੱਚ ਤੁਸੀਂ ਵੋਲੰਟੀਅਰ ਕਰ ਸਕਦੇ ਹੋ। ਸੋ ਜਿਹੜਾ ਵੀ ਜਿਸ ਵੀ ਰੋਲ ਦੇ ਵਿੱਚ ਇਹਦੇ 'ਚ ਸਾਡੀ ਸਪੋਰਟ ਕਰ ਸਕਦਾ ਅਸੀਂ ਉਹਨਾਂ ਨੂੰ ਇਹਦੇ ਬਾਰੇ ਦੱਸ ਰਹੇ। ਇੱਕ ਇੰਪੋਰਟੈਂਟ ਗੱਲ ਹੋਰ ਹੈ ਕਿ ਆਮ ਤੌਰ ਦੇ ਉੱਤੇ ਜਦੋਂ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਗੱਲ ਜੁੜਦੀ ਹੈ ਉਹਦੇ 'ਚ ਹੁੰਦਾ ਕਿ ਸਰਬੱਤ ਦਾ ਭਲਾ ਦੇ ਵਿੱਚ ਕੋਈ ਧਰਮ ਜਾਤ ਦੇ ਕੇ ਕਿਸੇ ਦਾ ਕੋਈ ਨਹੀਂ ਕੀਤਾ ਜਾਂਦਾ, ਚਾਹੇ ਆਉਣਾ ਚਾਹੇ ਗੁਰਬਾਣੀ ਦੀ ਗੱਲ। ਹਾਂਜੀ, ਇਸ ਕੀਰਤਨ ਕਾਨਫਰੰਸ ਦੇ ਵਿੱਚ ਕੀ ਸਿਰਫ ਤੇ ਸਿਰਫ ਜਿਹੜੇ ਕੇਸਰਧਾਰੀ ਸਿੱਖ ਨੇ ਉਹ ਵੀ ਇਸ ਦਾ ਹਿੱਸਾ ਬਣ ਸਕਦੇ ਨੇ ਜਾਂ ਕਿਸੇ ਵੀ ਧਰਮ ਨਾਲ ਸੰਬੰਧਿਤ ਕੋਈ ਸਿੱਖਣ ਦਾ ਚਾਹ ਵਾਲਾ ਉਹ ਵੀ ਪਾਰਟਿਸਪੇਟ ਕਰ ਸਕਦਾ? ਇਹਦੇ ਪੂਰੀ ਤਰ੍ਹਾਂ ਓਪਨ ਹੈ ਕਾਨਫਰੰਸ, ਕੋਈ ਵੀ ਕਿਸੇ ਵੀ ਬੈਕਗਰਾਊਂਡ ਦਾ ਬੰਦਾ ਜਿਹੜਾ ਇਸ ਗੱਲ ਬਾਰੇ ਜਾਣਨਾ ਚਾਹੁੰਦਾ, ਸਿੱਖਣਾ ਚਾਹੁੰਦਾ, ਇਹਦੇ ਵਿੱਚ ਪਾਰਟੀਸਪੇਟ ਕਰ ਸਕਦਾ। ਸਾਡੇ ਕਈ ਸਪੀਕਰ ਨੇ ਜਿਹੜੇ ਨੌਨ ਸਿੱਖ ਨੇ,
ਜਿਹੜੇ ਆ ਕੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਗੇ, ਮਤਲਬ ਕਿ ਦੇ ਵਿਲ ਬੀ ਪ੍ਰੈਜੈਂਟਿੰਗ ਦੇਅਰ ਪੇਪਰਸ ਅਬਾਊਟ ਦੇਅਰ ਐਕਸਪੀਰੀਅੰਸ ਵਿਦ ਦ ਗੁਰਬਾਣੀ ਕੀਰਤਨ। ਹਾਂਜੀ, ਕੋਈ ਬੰਦਿਸ਼ ਕਿਸੇ ਪੱਖੋਂ ਕੋਈ ਬੰਦਿਸ਼ ਨਹੀਂ। ਬੇਸਿਕਲੀ ਜਿਹੜੀ ਅਕਾਦਮਿਕਤਾ ਹੁੰਦੀ ਹੈ ਉਹ ਇਸ ਗੱਲ ਤੋਂ ਮੁਕਤ ਹੁੰਦੀ ਹੈ। ਅਸੀਂ ਪ੍ਰਾਇਮਰੀ ਫੋਕਸ ਇਸ ਗੱਲ 'ਤੇ ਕੀਤਾ ਕਿ ਜੋ ਵੀ ਕਾਨਫਰੰਸ ਦੇ ਵਿੱਚ ਜਿਨ੍ਹਾਂ ਨੇ ਅਸੀਂ ਓਪਨ ਕਾਲ ਫੋਰ ਪੇਪਰ ਅੱਜ ਤੋਂ 7 ਮਹੀਨੇ ਪਹਿਲਾਂ ਜਿਹੜੀ ਉਹ ਲਾਂਚ ਕੀਤੀ, ਜਿਹਦੇ ਵਿੱਚ ਅਸੀਂ ਵੱਖ ਵੱਖ ਇੰਡੀਆ ਅਤੇ ਇੰਡੀਆ ਤੋਂ ਬਾਹਰ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਇਹਨਾਂ ਨੂੰ ਕਾਲ ਫੋਰ ਪੇਪਰ ਨੂੰ ਭੇਜਿਆ, ਅਤੇ ਕਾਲ ਫੋਰ ਪੇਪਰ ਦੌਰਾਨ ਜਿਨ੍ਹਾਂ ਨੇ ਵੀ ਸਾਨੂੰ ਪੇਪਰ ਕੰਟਰੀਬਿਊਟ ਕੀਤੇ ਉਹ ਸਾਡੀ ਰਿਵਿਊ ਟੀਮ ਨੇ ਵੀ ਉਹ ਅਕਾਦਮਿਕਤਾ ਦੇ ਮਿਆਰ ਨੂੰ ਧਿਆਨ ਰੱਖਦੇ ਹੋਏ ਉਹਨਾਂ ਦੇ ਪੇਪਰ ਜਿਹੜੇ ਉਹ ਸਿਲੈਕਟ ਕੀਤੇ ਗਏ। ਉਹਨਾਂ ਨੂੰ ਜਿਹੜੀ ਹੈ ਸਾਡੀ ਰਿਵਿਊ ਕਮੇਟੀ ਸੀ ਉਹਨਾਂ ਵੱਲੋਂ ਸਜੈਸ਼ਨ ਗਈਆਂ ਕਿ ਆਪਣੇ ਪੇਪਰ ਨੂੰ ਮਤਲਬ ਕਿ ਹੋਰ ਇਨਹਾਂਸ ਮੈਥੋਡੋਲੋਜੀਕਲੀ ਜਾਂ ਟੈਕਨੀਕਲੀ ਇਨਹਾਂਸ ਕੀਤਾ ਜਾਵੇ, ਅਤੇ ਉਹਨਾਂ ਨੂੰ ਰਿਵਿਊ ਕਮੇਟੀ ਵੱਲੋਂ ਫੀਡਬੈਕ ਗਈ। ਦੁਬਾਰਾ ਉਹਨਾਂ ਦੇ ਪੇਪਰ ਸਬਮਿਟ ਕੀਤੇ, ਉਹਨਾਂ ਨੇ ਆਪਣੇ ਰਿਵਾਈਜ਼ਡ ਡਰਾਫਟ ਦੈਨ ਅਸੀਂ ਉਹਨਾਂ ਨੂੰ ਵਿੱਚ ਸ਼ਾਮਿਲ ਕੀਤਾ, ਜਿਹਦੇ ਵਿੱਚ ਅਸੀਂ ਪ੍ਰਾਇਮਰੀ ਤੌਰ ਦੇ ਉੱਤੇ ਉਹਨਾਂ ਦੀ ਖੋਜ ਨੂੰ ਮਹੱਤਤਾ ਦਿੱਤੀ ਹੈ, ਨਾ ਕਿ ਕੋਈ ਕਿਸੇ ਪਰਟੀਕੁਲਰ ਵਿਅਕਤੀ ਨੂੰ ਅਸੀਂ ਧਿਆਨ 'ਚ ਰੱਖਿਆ, ਬਲਕਿ ਉਹਨਾਂ ਦੀ ਜਿਹੜੀ ਵਿਸ਼ੇਸ਼ ਮੁਹਾਰਤ ਹੈ ਇਸ ਖੇਤਰ ਦੇ ਵਿੱਚ ਉਹਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਵਿੱਚ ਸ਼ਮੂਲੀਅਤ ਦਿੱਤੀ।